ਤੁਸੀਂ ਜਿਹੜੀ ਗੇਮ ਖੇਡਦੇ ਹੋ ਜੀ ਜੀ, ਇਹਦੇ ਵਿੱਚ ਤੁਸੀਂ ਇੱਕ ਦੂਸਰੇ ਨੂੰ ਚੰਡਾ ਮਾਰਦੇ ਹੋ, ਔਰ ਜਦਕਿ ਅਸਲ ਕਬੱਡੀ ਤੋਂ ਬਹੁਤ ਹੀ ਮੁਖਤਲਿਫ ਗੇਮ ਹੈ, ਔਰ ਇੰਟਰਨੈਸ਼ਨਲ ਪਲੇਅਰ ਇਹਨੂੰ ਨਾ ਲਾਈਕ ਕਰਦੇ ਨੇ ਨਾ ਖੇਡਦੇ ਨੇ, ਜਿਹਦੀ ਵਜ੍ਹਾ ਤੋਂ ਸ਼ਾਇਦ ਤੁਸੀਂ ਇੰਟਰਨੈਸ਼ਨਲ ਨਹੀਂ ਹੋ ਪਾਏ ਜੀ ਜੀ। ਕਿਆ ਤੁਹਾਡਾ ਇੰਟਰਨੈਸ਼ਨਲ ਹੋਣ ਦਾ ਖਾਬ ਹੈ, ਪਾਕਿਸਤਾਨ ਦੇ ਲਈ ਖੇਡਣ ਦਾ ਖਾਬ ਹੈ, ਜਾਂ ਐਸੇ ਗੇਮ ਨੂੰ ਹੀ ਆਪਣਾ ਸਭ ਕੁਝ ਦੇਣਾ? ਅਸੀਂ ਵੀ ਸ਼ੁਰੂ ਤੋਂ ਉਹ ਗੇਮ ਖੇਲੀ ਨਹੀਂ, ਸ਼ੁਰੂ ਤੋਂ ਚੰਡਾ ਨਹੀਂ ਖੇਲੀ, ਔਰ ਸ਼ੁਰੂ ਤੋਂ ਉਸ ਸਾਈਡ ਲੈ ਆਏ ਨਹੀਂ ਅਸੀਂ। ਸ਼ੁਰੂ ਤੋਂ ਮੈਂ ਚੰਡਾ ਨਹੀਂ ਕੌਡੀ ਖੇਲੀ, ਦੈਰੇ ਵਾਲੀ ਕੌਡੀ ਹਲੇ ਮੈਂ ਆਇਆ ਹੀ ਨਹੀਂ। ਉਹ ਮੁਸ਼ਕਿਲ ਹੈ ਜਾਂ ਤੁਹਾਡੀ ਇਹ ਕੌਡੀ ਮੁਸ਼ਕਿਲ ਹੈ? ਉਹ ਵੀ ਮੁਸ਼ਕਿਲ ਹੈ, ਇਹ ਵੀ ਮੁਸ਼ਕਿਲ ਹੈ, ਦੋਨੇ ਹੀ ਮੁਸ਼ਕਿਲ ਆ। ਇਹ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਅਸੀਂ ਚਾਟ ਬੜੀ ਛੁੱਟਦੀ ਆ, ਜਿਸ ਟਾਈਮ ਹੀ ਕਿਸੇ ਵਕਤ ਹੀ ਕੋਈ ਪਲੇਅਰ ਵਾਰ ਕਰ ਸਕਦਾ, ਪੂਰਾ ਮਾਰ ਸਕਦਾ, ਚਾਟ ਮਾਰ ਸਕਦਾ, ਦੰਦ ਬਣ ਸਕਦਾ, ਨੱਕ ਦੀ ਹੱਡੀ ਬਣ ਸਕਦਾ, ਉਸ ਦੇ ਵਿੱਚ ਚਾਟ ਫੌਲ ਆ ਦਾਇਰੇ ਵਾਲੇ 'ਚ, ਉਹ ਥੋੜ੍ਹੀ ਜਿਹੀ ਸੌਖੀ ਹੋ ਜਾਂਦੀ ਹੈ, ਜ਼ਿਆਦਾ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਂਦੀ।